ਤੁਸੀਂ ਨਾਲ ਜਾਣਾ ਵਾ ਤੇ ਮੈਂ ਨਾ ਆਪਣਾ ਸੂਟ ਇਸਤਰੀ ਕਰਾਂਗੀ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਮੈਂ ਤੁਹਾਡੀ ਭੈਣ ਪੰਜਾਬੀ ਪਠਾਣੀ, ਤੁਸੀਂ ਦੇਖ ਰਹੇ ਹੋ ਮੇਰੇ YouTube ਚੈਨਲ। ਲੱਪਾਕ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ। ਇਸੇ ਦੁਆ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਵਲੋਗ। ਅੱਜ ਨਾ ਬਿਲਾਲ ਦਾ ਰਿਜ਼ਲਟ ਆ ਤੇ ਉਹਨਾਂ ਨੇ ਸਾਨੂੰ ਬੁਲਾਇਆ ਵਾ। ਮੈਂ ਤਾਂ ਬਿਲਾਲ ਦੇ ਪਾਪਾ ਨੂੰ ਕਿਹਾ ਸੀ, ਮੈਂ ਕਿਹਾ ਮੇਰੀ ਸਿਹਤ ਠੀਕ ਨਹੀਂ ਹੈਗੀ, ਤੁਸੀਂ ਚਲ ਜਾਓ। ਤੇ ਕਹਿੰਦੇ ਸੀਗੇ ਨਹੀਂ ਤੁਸੀਂ ਨਾਲ ਜਾਣਾ ਵਾ, ਤੇ ਮੈਂ ਨਾ ਆਪਣਾ ਸੂਟ ਇਸਤਰੀ ਕਰਨ ਲੱਗੀ ਹਾਂ। ਉਸ ਤੋਂ ਬਾਅਦ ਨਾ ਸੂਟ ਇਸਤਰੀ ਕਰਕੇ ਤੇ ਬਿਲਾਲ ਨੂੰ ਵੀ ਫਰੈਸ਼ ਕਰ ਦੇਣਾ ਵਾ, ਇਹਦਾ ਵੀ ਸੂਟ ਇਸਤਰੀ ਕਰਨਾ ਵਾ, ਤੇ ਫਿਰ ਨਾ ਚੱਲਾਂਗੇ ਉੱਥੇ। ਬਿਲਾਲ ਦਾ ਜੋ ਵੀ ਰਿਜ਼ਲਟ ਆਏਗਾ ਤੇ ਅੱਲਾ ਕਰੇ, ਸਭ ਨੇ ਦੁਆ ਕਰਨੀ ਆ ਅੱਛਾ ਅੱਛਾ ਰਿਜ਼ਲਟ ਆਵੇ। ਤੇ ਜੀ ਮੈਂ ਨਾ ਆਪਣਾ ਸੂਟ ਇਸਤਰੀ ਕਰ ਲਿਆ ਤੇ ਲਿਆ ਵੀ ਫੜਾ ਬਿਲਾਲ ਦਾ ਸੂਟ ਨਾ। ਬਿਲਾਲ ਦੀ ਤਾਂ ਪੈਂਟ ਸ਼ਰਟ ਆ, ਇਹ ਇਸਤਰੀ ਕਰਾਂਗੇ। ਉੱਧਰ ਬਾਈ ਤਾਰਕ ਦੀ ਬੇਟੀ ਪਾਸ ਹੋ ਗਈ ਆ ਤੇ ਅੱਲਾ ਹੋਰ ਉਹਨਾਂ ਨੂੰ ਖੁਸ਼ੀਆਂ ਨਸੀਬ ਕਰੇ। ਤੇ ਇਹਦਾ ਹੁਣ ਦੇਖੀਏ ਬਿਲਾਲ ਦਾ ਕੀ ਬਣਦਾ ਵਾ, ਅੱਲਾ ਕਰੇ ਵੀ ਫਸਟ ਆਵੇ। ਬਿਲਕੁਲ, ਅੱਲਾ ਤਾਲਾ ਜਿੰਨੇ ਵੀ ਵਾਲਦਾਨ ਹੈ ਜਾਂ ਵਾਲਦਾਨ ਜਿਨ੍ਹਾਂ ਜਿਨ੍ਹਾਂ ਦੇ ਬੱਚੇ ਪੜ੍ਹਦੇ ਆ ਨਾ, ਅੱਲਾ ਤਾਲਾ ਸਭ ਦੇ ਬੱਚੇ ਨੇਕ ਬਣਾਵੇ ਤੇ ਫਸਟ ਆਵੇ। ਕਿਉਂ ਸਾਲ ਭਰ ਮਿਹਨਤ ਕਰਨੀ ਪੈਂਦੀ ਆ ਤੇ ਇਸ ਦਿਨ ਦਾ ਇੰਤਜ਼ਾਰ ਰਹਿੰਦਾ ਵਾ ਵੀ ਬੱਚੇ ਜਿਹੜੇ ਆ ਨਾ ਵੀ ਕੁਛ ਪੜ੍ਹ ਲਿਖ ਕੇ ਕੁਛ ਬਣ ਜਾਵੇ। ਤੇ ਬਸ ਸਾਡੀ ਤਾਂ ਸਭ ਵਾਸਤੇ ਇਹੀ ਦੁਆ ਵਾ। ਤੇ ਚੱਲ ਬਿਲਾ ਮੂੰਹ ਹੱਥ ਧੋ ਕੇ ਆਏ ਹਾਂ। ਜੀ ਬਿਲਾਲ ਦੇ ਕੱਪੜੇ ਜਿਹੜੇ ਆ ਨਾ ਚੇਂਜ ਕਰ ਦਿੱਤੇ ਆ ਤੇ ਹੁਣ ਇਹਦੇ ਦੂਸਰਾ ਉਹ ਸ਼ੀਸ਼ੇ ਦੀ ਮਿਹਨਤੀ ਤਾਂ ਕਰਨੀ ਸੀ। ਲਜਾਉਂਦੇ ਆ ਮੈਂ ਵਿਹਲੇ ਹੋਣੇ, ਫਿਰ ਕਿਤੇ ਉਹ ਭਾਈ ਨੂਰੇ ਲਿਆਉਣਾ ਪੈਣਾ। ਹਾਂ ਤੇ ਉਹ ਕਿਹੜਾ ਭਾਈ ਦੂਰ ਆ, ਇੱਥੇ ਹੀ ਆ। ਪਹਿਲੇ ਤਾਂ ਉਹ ਕਹਿੰਦੇ ਸੀ ਫੈਸਲਾ ਵੱਧ ਗਏ ਆ, ਹੁਣ ਤਾਂ ਆ ਗਿਆ ਹੋਣਾ। ਦਰੂ ਤਾਂ ਕਿਉਂ ਮੂੰਹ ਸਾਨੂੰ ਤਾਂ ਕਤਲੇ ਤੇਲ ਤਾਂ ਲਾ ਲੈਣਾ ਸੀ। ਤੇਲ ਇਹਦੇ ਸਿਰ ਨੂੰ ਲਾਓ ਤੇ ਮਿੱਟੀ ਚ ਖੇਲਦਾ ਵਾ, ਫਿਰ ਨੌਣ ਦੇ ਇਹਨੂੰ ਕਹੋ ਤੇ ਨਾਲ ਤੇ ਫਿਰ ਕਹਿੰਦਾ ਵਾ ਮੈਂ ਤਾਂ ਮੇਰੇ ਤਾਂ ਖੂਨ ਦੀ ਕਮੀ ਆ ਤਾਂ ਮੈਂ ਨੌਂਦਾ ਨਹੀਂ। ਮੇਰੇ ਨਾ ਘਰ ਦੀ ਪਾਉਣ ਵਾਲੀ ਜੁੱਤੀ ਹੈਗੀ ਸੀ, ਮੈਂ ਨਾ ਲੈ ਕੇ ਆਈ ਹਾਂ ਜੁੱਤੀ ਕੱਲ ਤੇ ਹੁਣ ਨਾ ਚੱਲਦੇ ਆ। ਤਿਆਰੀ ਤਾਂ ਅਸੀਂ ਕਰ ਲਈ, ਮੈਨੂੰ ਲੱਗਦਾ ਇੱਕ ਜੁੱਤੀ ਵੱਡੀ ਹੈ ਇੱਕ ਛੋਟੀ ਹੈ। ਉਹ ਸਹੀ ਆ, ਇਹ ਦੋਨੇ ਵੱਡੀਆਂ ਵਾ, ਉਹ ਪੂਰੀਆਂ ਵਾ। ਉਹ ਤਾਂ ਪੈ ਜੁੱਤੀ ਦੇਖੀ ਸੀ ਉੱਥੇ ਪੂਰੇ ਪੂਰੇ ਆ, ਇਹ ਆ ਜੁੱਤੀ ਵੱਡੀ ਆ ਮੇਰੇ। ਉਹ ਪਾ ਦੂਸਰੀ ਤਾਂ ਪਾ, ਉਹ ਕਦੀ ਇੱਕ ਪੈਰ ਕੋਈ ਚੈੱਕ ਕਰਦੇ ਆ ਫਿਰ ਹੋ ਜਾਂਦੀ ਆ। ਆ ਦੇਖ ਸਹੀ ਆ, ਜੀ ਮਾਸ਼ਾਅੱਲਾ ਰਿਜ਼ਲਟ ਜਿਹੜਾ ਵਾ ਨਾ ਬਿਲਾਲ ਦਾ ਬਹੁਤ ਹੀ ਅੱਛਾ ਆਇਆ ਵਾ। ਅੱਜ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਤੇ ਜਦੋਂ ਇਸ ਤਰ੍ਹਾਂ ਰਿਜ਼ਲਟ ਆਵੇ ਨਾ ਬੱਚਿਆਂ ਦੇ ਤੇ ਮਾਂ ਬਾਪ ਤਾਂ ਬੜੇ ਖੁਸ਼ ਹੁੰਦੇ ਆ। ਜ਼ਾਹਿਰ ਆ ਬੰਦਾ ਇੰਨੀ ਮਿਹਨਤ ਕਰਦਾ ਬੱਚਿਆਂ ਤੇ ਤੇ ਦੂਸਰਾ ਇਹ ਜ਼ਾਹਿਰ ਆ ਫਿਰ ਇਨਸਾਨ ਨੂੰ ਖੁਸ਼ੀ ਵੀ ਇਸੇ ਤਰ੍ਹਾਂ ਹੁੰਦੀ ਆ। ਤੇ ਲੰਬਰ ਵੀ ਮਾਸ਼ਾਅੱਲਾ ਇੰਨੇ ਅੱਛੇ ਲਏ ਆ, ਪਹਿਲੇ ਇਹਨਾਂ ਨੂੰ ਕਾਫੀ ਬਿਹਤਰ ਆ ਲੰਬਰਾਂ ਦੇ ਵਿੱਚ। ਤੇ ਕਿਤਾਬਾਂ ਜਿਹੜੀਆਂ ਨਾ ਉਹ ਵੀ ਲੈ ਕੇ ਆ ਗਿਆ ਵਾ।
ਉੱਪਰ ਰੱਖਦੀ ਆ ਤੇ ਮਾਸ਼ਾਅੱਲਾ ਅੱਛਾ ਰਿਜ਼ਲਟ ਹੈ ਆਇਆ। ਤੇ ਇਹ ਵੀ ਹੈ ਜਿਹੜੀ ਮਹਿਮਾਨ ਆ ਉਹ ਵੀ ਕਹਿੰਦੀ ਸੀਗੀ ਵੀ ਪਹਿਲੇ ਨਾਲ ਨੂੰ ਨਾਈ ਦੀ ਪੜਾਈ ਕਾਫੀ ਬਿਹਤਰ ਹੋ ਗਈ ਤੇ ਲੇਕਿਨ ਛੁੱਟੀਆਂ ਵੀ ਥੋੜੀਆਂ ਹੋਈਆਂ ਵਾ ਇਹਦੇ ਵਿੱਚ ਉਹ ਵੀ ਕੁਝ ਸਕੂਲ ਵੱਲ ਹੋਈਆਂ ਤੇ ਕੁਝ ਨਾ ਸਾਡੇ ਵੱਲ ਕਿਉਂ ਸਾਡੇ ਨਾਲ ਸ਼ਾਦੀ ਸੀਗੀ ਉਹਦੇ ਵਿੱਚ ਨਾ ਅਸੀਂ ਇਹਦੀਆਂ ਛੁੱਟੀਆਂ ਲਈਆਂ ਸੀ ਕੁਝ ਤੇ ਉਹ ਵੀ ਛੁੱਟੀਆਂ ਹੋ ਗਈਆਂ ਤੇ ਫਿਰ ਇਸ ਕਰਕੇ ਨਾ ਥੋੜੇ ਪੜਾਈ ਤੇ ਇਹਦੀ ਮਾਸ਼ਾਅੱਲਾ ਅੱਛਾ ਸਕੂਲ ਆ ਬਿਹਤਰ ਆ ਤੇ ਲੇਕਿਨ ਪਹਿਲੇ ਨਾਲੋਂ ਇਹਦੀ ਮੈਮ ਕਹਿੰਦੀ ਸੀਗੀ ਵੀ ਇਹਦੀ ਪੜਾਈ ਵੀ ਅੱਛੀ ਆ ਤੇ ਜਿਹੜੀ ਟਿਊਸ਼ਨ ਵਾਲੀ ਆ ਨਾ ਉਹ ਵੀ ਟਿਊਸ਼ਨ ਵੀ ਇਹ ਉੱਥੇ ਹੀ ਪੜਦਾ ਵਾ ਤੇ ਉਹਦੀ ਵੀ ਦੂਸਰਾ ਬੜੀ ਮਿਹਰਬਾਨੀ ਕਿਉਂ ਸਾਡੇ ਬੱਚੇ ਤੇ ਇੰਨੀ ਉਹ ਮਿਹਨਤ ਕਰਦੀ ਆ ਤੇ ਕਿਉਂ ਜਦੋਂ ਬੱਚਾ ਛੋਟਾ ਹੋਵੇ ਨਾ ਤੇ ਉਹਦੇ ਤੇ ਮਿਹਨਤ ਦੀ ਬੜੀ ਜ਼ਰੂਰੀ ਹੁੰਦੀ ਆ ਵੀ ਬੰਦਾ ਨਾ ਬੱਚੇ ਤੇ ਮਿਹਨਤ ਕਰੇ ਤੇ ਜਦੋਂ ਬੱਚਾ ਥੋੜਾ ਬੜਾ ਹੋ ਜਾਵੇ ਨਾ ਫਿਰ ਬੱਚੇ ਦੀ ਖੁਦ ਹੁੰਦੀ ਆ ਜ਼ਿਹਨ ਦੀ ਅਸੀਂ ਨਾ ਦੂਸਰਾ ਪੜ੍ਹਾਈ ਦੇ ਵਿੱਚ ਦਿਲ ਲਾ ਕੇ ਨਾ ਆਪਣੀ ਪੜ੍ਹਾਈ ਮੁਕੰਮਲ ਕਰੀਏ। ਮਾਂ ਬਾਪ ਦੀ ਇੱਕ ਖੁਆਇਸ਼ ਹੁੰਦੀ ਮੇਰਾ ਬੱਚਾ ਪੜ੍ਹਿਆ ਲਿਖਿਆ ਹੋਵੇ ਤੇ ਬੜੀ ਖੁਸ਼ੀ ਹੋਈ ਅੱਜ ਤੇ ਬਿਲਾਲ ਕਿਤਾਬਾਂ ਉਹਦੇ ਵਾਸਤੇ ਜੋ ਪਹਿਲੀਆਂ ਨੇ ਕਿਤਾਬਾਂ ਕੱਢ ਲਾ ਤੇ ਇਹ ਕਿਤਾਬਾਂ ਉਹਦੇ ਵਿੱਚ ਪਾ ਲਾ। ਹੁਣ ਬਿਲਾਲ ਦੀ ਨਾ ਦੂਸਰਾ ਜਿਹੜੀ ਮੈਮ ਆ ਉਹਨਾਂ ਨੇ ਬਿਲਾਲ ਕੋਲ ਮਿਠਾਈ ਵੀ ਮੰਗੀ ਆ। ਅੱਛਾ, ਨਹੀਂ ਮਿਠਾਈ ਤਾਂ ਜ਼ਰੂਰ ਦੇਵਾਂਗੇ। ਹਾਂ ਕਹਿੰਦੇ ਮਿਠਾਈ ਅੱਜ ਕੱਲ ਤਾਂ ਸਾਰਾ ਇੰਗਲਿਸ਼ ਹੀ ਚੱਲਦਾ ਵਾ, ਇੰਗਲਿਸ਼ ਦੀਆਂ ਕਿਤਾਬਾਂ। ਹਾਂ ਤੇ ਆ ਦੇਖ ਨਾ ਸਾਰੀਆਂ ਇੰਗਲਿਸ਼ ਦੀਆਂ ਕਿਤਾਬਾਂ। ਪਹਿਲੇ ਬਿਲਾਲ ਸੀਗਾ 1 ਵਿੱਚ, ਹਾਂ ਹੁਣ 2 ਵਿੱਚ ਹੋ ਗਿਆ। ਹੁਣ 2 ਵਿੱਚ ਹੋ ਗਿਆ, ਹੁਣ ਬਿਲਾਲ ਦੀ ਪੜ੍ਹਾਈ ਵੱਧ ਗਈ ਆ। ਆਹੋ ਅਸੇ ਇੱਕ ਚੀਜ਼ ਹੋਰ ਮੈਂ ਆਪਣੇ ਭੈਣਾਂ ਭਰਾਵਾਂ ਨਾਲ ਸ਼ੇਅਰ ਕਰਨੀ ਸੀਗੀ ਤੇ ਨਾ ਇੱਕ ਭਾਈ ਨਾਲ ਗਿਆ ਸੀਗਾ ਦਰਬਾਰ ਤੇ, ਤੇ ਕਿਹੜੇ ਦਰਬਾਰ ਤੇ ਗਏ ਸੀ? ਸਖੀ ਸਰਵਰ। ਹਾਂ, ਉੱਥੋਂ ਨਾ ਸਾਡੇ ਵਾਸਤੇ ਚੂੜੀਆਂ ਲੈ ਕੇ ਆਇਆ ਵਾ। ਵੈਸੇ ਤਾਂ ਮੈਂ ਦੂਸਰਾ ਚੂੜੀਆਂ ਜਿਹੜੀਆਂ ਨਾ ਉਹ ਭਾਈ ਸਾਡੇ ਘਰ ਆਉਂਦਾ ਨਾ ਫਿਰ ਮੈਂ ਦਿਖਾਉਣੀਆਂ ਸੀ, ਲੇਕਿਨ ਭਾਈ ਸੁਬਹਾ ਸੁਬਹਾ ਆਇਆ ਸੀਗਾ ਮਿਲ ਕੇ ਨਾ ਚਲਾ ਗਿਆ ਬਿਲਾਲ ਦੇ ਪਾਪਾ ਨਾਲ ਤੇ ਮੇਰੇ ਬੇਟੇ ਨਾਲ, ਤੇ ਉਹਨਾਂ ਚੂੜੀਆਂ ਦਰਬਾਰ ਤੋਂ ਆ ਲੈ ਕੇ ਆਈਆਂ ਵਾ। ਚੂੜੀਆਂ ਮਾਸ਼ਾਅੱਲਾ ਬੜੀਆਂ ਪਿਆਰੀਆਂ ਵਾ। ਕੋਈ ਦੂਰੋਂ ਨਾ ਕੋਈ ਗਿਫਟ ਲੈ ਕੇ ਆਵੇ ਨਾ, ਭਾਵੇਂ ਉਹ ਚੂੜੀ ਹੋਵੇ ਭਾਵੇਂ ਜਿਹੜੀ ਚੀਜ਼ ਹੋਵੇ ਨਾ, ਤੇ ਬੜੀ ਪਿਆਰੀ ਹੁੰਦੀ ਆ। ਇੱਕ ਹੀ ਲੈ ਕੇ ਮੇਰੇ ਵਾਸਤੇ 2 ਸੈੱਟ ਲੈ ਕੇ ਆਇਆ ਤੇ ਨਾਲ ਨਾ ਆ ਡੋਰੀਆਂ ਲੈ ਕੇ ਆਇਆ ਵਾ ਉੱਥੋਂ, ਤੇ ਨਾਲ ਨਾ ਚੂੜੀਆਂ 2 ਸੈੱਟ ਮੇਰੀ ਨੂੰਹ ਵਾਸਤੇ ਲੈ ਕੇ ਆਏ ਆ। ਮਾਸ਼ਾਅੱਲਾ ਇਹ ਵੀ ਬੜੀਆਂ ਪਿਆਰੀਆਂ ਚੂੜੀਆਂ ਵਾ, ਹੈ ਨਾ। 2-2 ਸੈੱਟ ਨਾ ਸਾਡੇ ਵਾਸਤੇ ਲੈ ਕੇ ਆਏ, ਤੇ ਜਿਹੜੀ ਮੇਰੀ ਨੂੰਹ ਦਾ ਦਿਲ ਕਰੇਗਾ ਨਾ ਮੈਂ ਉਹਨੂੰ ਦੇ ਦੂੰਗੀ ਜਿਹੜੀ ਚੂੜੀ ਉਹਨੂੰ ਪਸੰਦ ਆਈ। ਪਹਿਲੇ ਉਹਨੂੰ ਕਵਾਂਗੀ ਵੀ ਜਿਹੜੀ ਤੈਨੂੰ ਪਸੰਦ ਆ ਨਾ ਉਹ ਤੂੰ ਰੱਖ ਲਾ, ਤੇ ਜਿਹੜੀ ਫਿਰ ਰਹਿ ਗਈ ਹੈ ਨਾ ਉਹ ਫਿਰ ਮੈਂ ਚੜਾ ਲਊਂਗੀ। ਤੇ ਦਰਬਾਰ ਤੋਂ ਆਈਆਂ ਵਾ ਤੇ ਮਾਸ਼ਾਅੱਲਾ ਬੜੀਆਂ ਪਿਆਰੀਆਂ ਵਾ। ਵੈਸੇ ਤਾਂ ਸ਼ਬਾਸ ਕਲੰਦਰ ਦੂਸਰਾ ਚੂੜੀਆਂ ਹੋਵੇ ਨਾ ਤੇ ਦੂਸਰਾ ਉਹ ਵੀ ਬੜੀਆਂ ਪਿਆਰੀਆਂ ਹੁੰਦੀ, ਸੇਮ ਦੀ ਚੂੜੀ ਹੈ ਨਾ, ਹੈਦਰਾਬਾਦ ਦੀ ਸੇਮ ਦੀ ਇੱਧਰ ਦੀ ਚੂੜੀ ਬੜੀ ਮਸ਼ਹੂਰ ਆ। ਤੇ ਜ਼ਿੰਦਗੀ ਰਹੀ ਜੇ ਕਿਤੇ ਗਏ ਨਾ ਸਿੰਧ ਹੈਦਰਾਬਾਦ, ਤੇ ਇਨਸ਼ਾਅੱਲਾ ਮੈਂ ਵੀ ਉੱਥੋਂ ਨਾ ਜ਼ਰੂਰ ਚੂੜੀਆਂ ਲੈ ਕੇ ਆਵਾਂਗੀ। ਕਹਿੰਦੇ ਉੱਧਰ ਦੀਆਂ ਚੂੜੀਆਂ ਬੜੀਆਂ ਪਿਆਰੀਆਂ ਵਾ, ਨਾਲੇ ਉੱਧਰ ਦੇ ਕੜੇ ਜਿਹੜੇ ਆ ਨਾ ਮੈਂ ਸੁਣਿਆ ਵਾ ਕਹਿੰਦੇ ਉੱਧਰ ਦੇ ਕੜੇ ਬੜੇ ਪਿਆਰੇ ਆ। ਤੇ ਇਹ ਤਾਂ ਆਏ ਆ ਸ਼ਬਾਸ ਕਲੰਦਰ ਤੋਂ, ਹੈ ਨਾ। ਉਹ ਕਿੱਥੇ ਆ ਸ਼ਬਾਸ ਕਲੰਦਰ? ਨਹੀਂ, ਸਖੀ ਸਰਵਰ। ਆ ਸਖੀ ਸਰਵਰ ਸੱਚੀ, ਉਹ ਤਾਂ ਕਲੰਦਰ ਪਾਕ ਉਹ ਤਾਂ ਬਹੁਤ ਦੂਰ। ਤੇ ਇਹ ਨਾ ਹਰ ਸਾਲ ਤੋਂ ਬਾਅਦ ਬੱਸਾਂ ਜਾਂਦੀਆਂ, ਹੈ ਨਾ। ਹਰ ਸਾਲ ਨਾ ਬੱਸਾਂ ਜਾਂਦੀਆਂ, ਐਤਕੀ ਸਾਡੀ ਸਲਾਹ ਸੀਗੀ ਲੇਕਿਨ ਫਿਰ ਹੁਣ ਅਸੀਂ ਬੇਟੇ ਦੀ ਸ਼ਾਦੀ ਕੀਤੀ, ਫਿਰ ਉਸ ਤੋਂ ਬਾਅਦ ਫਿਰ ਮੇਰੀ ਸੱਸ ਤੇ ਸਹੁਰੇ ਦਾ ਖਤਮ ਵੀ ਲਾਇਆ, ਤੇ ਲੇਕਿਨ ਨਾ ਫਿਰ ਸਾਡੇ ਕੋਲ ਜਾ ਨਹੀਂ ਹੋਇਆ। ਤੇ ਇਨਸ਼ਾਅੱਲਾ ਜ਼ਿੰਦਗੀ ਰਹੀ ਅਗਲੇ ਸਾਲ। ਅਸੀਂ ਹਰ ਸਾਲ ਕਹਿੰਦੇ ਹਾਂ, ਬਾਹਰ ਦਾ ਬੰਦਾ ਬਾਹਰ ਨਿਕਲ ਕੇ ਬੰਦਾ ਵੀਡੀਓ ਬਣਾ ਲੈਂਦਾ ਵਾ ਜਾਂ ਮਾਹੌਲ ਦੇਖ ਲੈਂਦਾ ਵਾ ਵੀ ਦਰਬਾਰ ਦੇਖ ਲੈਂਦੇ ਆ, ਤੇ ਲੇਕਿਨ ਅਗਲੇ ਸਾਲ ਅੱਲਾਹ ਖੈਰ ਰੱਖੇ ਜ਼ਿੰਦਗੀ ਰਹੀ ਤੇ ਜ਼ਰੂਰ ਅਸੀਂ ਵੀ ਜਾਵਾਂਗੇ। ਤੇ ਇਹ ਨਾ ਲੈ ਕੇ ਆਏ ਆ ਉੱਥੋਂ ਤਬਰਕ ਲੈ ਕੇ ਆਏ ਆ। ਮੈਂ ਨਾ ਥੋੜਾ ਥੋੜਾ ਹਮਸਾਇਆਂ ਦੇ ਘਰਾਂ ਵਿੱਚ ਵੀ ਦੇਵਾਂਗੀ, ਤੇ ਇਹ ਨਾ ਉੱਥੋਂ ਸਾਡੇ ਵਾਸਤੇ ਲੈ ਕੇ। ਅਸੀਂ ਉੱਥੇ ਨਾ ਦੂਸਰਾ ਕੁਛ ਹਦੀਆ ਵੀ ਦਿੱਤਾ ਸੀ, ਅਸੀਂ ਕਹਿ ਦੀ ਸਾਡੇ ਹਿੱਸੇ ਦੇ ਨਾਲ ਸਾਡੇ ਕੋਲ ਜਾ ਨਹੀਂ ਹੁੰਦਾ,
ਉਧਰ ਨਾ ਦਰਬਾਰ ਤੇ ਨਾ ਸਾਡੇ ਹਿੱਸੇ ਦੀ ਨਾ ਹਦੀਆ ਪਾ ਕੇ ਆ ਤੇ ਇਹ ਨਾ ਮੈਂ ਕੁਛ ਹਮਸਾਇਆਂ ਦੇ ਘਰ ਵੀ ਦੇ ਕੇ ਆਵਾਂਗੀ ਤੇ ਨਾਲ ਆਪ ਵੀ ਰੱਖਾਂਗੀ ਘਰ ਵਿੱਚ इधर ना मेज ली ना ओए भाई नूं बुलाया सीगा ते इहदी ना मेहनती करनी सीगी मेज दी इहदे उपर ना शीशा लगाउणा वा उहदा तां हे ना सही नहीं लगेगा शीशा लगेगा ना ते इहदे उपर ते फिर ये सही होएगा ते ओह भाई नूं बुलाया सी बिलाल दे पापा ने ओह हुण आउण लगा वा ते इहदे ते शीशा लवा के ना ते फिर अपने भैणां भरावां नाल शेयर करांगी ते सैट जिहड़ा वा ना मुकम्मल हो जाणा वा फिर जी भाई ना आए हैं मेहनती करन लगे हैं मेज दी 24 इंच ठीक है भाई ते 40 इंच 8 एमएम का पाइप दबा चलो ए ना मेनू किसी ने ना दसिया कहंदे अनारदाना ते अदरक लहसुन ते दूसरा पुदीना ते हरा धनिया ते ए दूसरा कुट के ना एदी चटनी बना लेनी है ਇਹਨਾਂ ਮੈਦੇ ਵਾਸਤੇ ਤੇ ਵੈਸੇ ਵੀ ਕਈ ਚੀਜ਼ਾਂ ਵਾਸਤੇ ਉਹਨਾਂ ਨੇ ਦੱਸਿਆ ਸੀ ਕਹਿੰਦੇ ਵੀ ਉਹਦੇ ਵਾਸਤੇ ਬਹੁਤ ਅੱਛੀ ਚੀਜ਼ ਆ ਇਹਨਾਂ ਮੈਂ ਬਣਾਉਣ ਲੱਗੀ ਹਾਂ ਅਦਰਕ ਲਸਣ ਪਹਿਲੇ ਕੁੱਟ ਲਿਆ ਅਤੇ ਕੁਛ ਪੁਦੀਨਾ ਅਤੇ ਅਨਾਰਦਾਨਾ ਜਿਹੜਾ ਵਾ ਨਾ ਇਹ ਵੀ ਕੁੱਟ ਲਿਆ ਥੋੜ੍ਹਾ ਥੋੜ੍ਹਾ ਕਰਕੇ ਨਾ ਕੁੱਟਦੇ ਹਾਂ ਇੱਕੋ ਵਾਰੀ ਨਾ ਕੁੱਟ ਨਹੀਂ ਹੋ ਰਹੀ ਆ ਆਹ ਕੁੰਡੀ ਦੇ ਵਿੱਚ ਅਤੇ ਹੁਣ ਫਿਰ ਅਨਾਰਦਾਨਾ ਅਤੇ ਨਾਲ ਹਰੀ ਮਿਰਚ ਜਿਹੜੀ ਆ ਨਾ ਉਹ ਹਜੇ ਨਹੀਂ ਪਈ ਭਾਈ ਹਰੀ ਮਿਰਚੀ ਵੀ ਪਾਵਾਂਗੇ ਥੋੜ੍ਹੀ ਜਿਹੀ ਅਤੇ ਨਾਲ ਕਾਲੀ ਮਿਰਚ ਜਿਹੜੀ ਹੈ ਨਾ ਉਹ ਪਾਵਾਂਗੇ ਨਮਕ ਪਾ ਲੈਂਦੀ ਹਾਂ ਇਹਦੇ ਨਾਲ ਨਾ ਕੁਛ ਵੱਲਦੇ ਜੀ ਹਰੀਆਂ ਮਿਰਚਾਂ ਜਿਹੜੀਆਂ ਨਾ ਉਹ ਵੀ ਮੈਂ ਕੁੱਟ ਲਈਆਂ ਅਤੇ ਇਹ ਸਾਰੀਆਂ ਚੀਜ਼ਾਂ ਨਾ ਹੁਣ ਮਿਕਸ ਕਰਾਂਗੀ ਵਿੱਚ ਥੋੜ੍ਹੀ ਜਿਹੀ ਨਾ ਕਾਲੀ ਮਿਰਚ ਪਾਵਾਂਗੇ ਜੀ ਸਾਰੀਆਂ ਚੀਜ਼ਾਂ ਨਾ ਮੈਂ ਮਿਕਸ ਕਰ ਲਈਆਂ ਵਾਂ ਅਤੇ ਸਾਡੀ ਨਾ ਚਟਣੀ ਜਿਹੜੀ ਆ ਨਾ ਉਹ ਤਿਆਰ ਹੋ ਗਈ ਆ ਇਹਦੇ ਵਿੱਚ ਨਾ ਮੈਂ ਕਿਹੜੀ ਕਿਹੜੀ ਚੀਜ਼ ਪਾਈ ਆ ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ ਇਹਦੇ ਵਿੱਚ ਮੈਂ ਪਾਇਆ ਵਾ ਪੁਦੀਨਾ ਦੂਸਰਾ ਹਰੀ ਮਿਰਚ ਅਨਾਰਦਾਨਾ ਨਾਲ ਅਦਰਕ ਲਸਣ ਅਤੇ ਹਰਾ ਧਨੀਆ ਅਤੇ ਕਾਲੀ ਮਿਰਚ ਨਮਕ ਇਹ ਚੀਜ਼ਾਂ ਮੈਂ ਪਾਈਆਂ ਵਾਂ ਅਤੇ ਇਹਦੀ ਨਾ ਮੈਂ ਬਣਾਈ ਹੈ ਚਟਣੀ ਅਤੇ ਅੱਗੇ ਰੋਜ਼ੇ ਆ ਰਹੇ ਆ ਉਹਦੇ ਵਿੱਚ ਨਾ ਇਹਨਾਂ ਡੱਬੇ ਦੇ ਵਿੱਚ ਰੱਖਾਂਗੇ ਜਦੋਂ ਰੋਟੀ ਖਾਣੀ ਹੁੰਦੀ ਹੈ ਨਾ ਉਦੋਂ ਥੋੜ੍ਹੀ ਥੋੜ੍ਹੀ ਜਿਹੀ ਚਟਣੀ ਲੈ ਕੇ ਰੋਟੀ ਬੰਦਾ ਖਾ ਲੈਂਦਾ ਚਟਣੀ ਜਿਹੜੀ ਹੈ ਨਾ ਮੈਂ ਡੱਬੇ 'ਚ ਪਾ ਲਈ ਆ ਥੋੜ੍ਹੀ ਜਿਹੀ ਨਾ ਮੈਂ ਕੁੰਡੀ 'ਚ ਰਹਿਣ ਦਿੱਤੀ ਮੈਂ ਆਖਿਆ ਨੂੰਹ ਨੂੰ ਕਿਹਾ ਮੈਂ ਆਖਿਆ ਖਤਮ ਹੀ ਦਿਵਾਉਣਾ ਵਾ ਅਤੇ ਨਾਲੇ ਨਾ ਰੋਟੀ ਪਕਾ ਅਤੇ ਚਟਨੀ ਚੈੱਕ ਕਰੀਏ ਕਿਸ ਤਰ੍ਹਾਂ ਚਟਨੀ ਬਣੀ ਆ ਇਸੇ ਵੀਡੀਓ ਦਾ ਮੈਂ ਇੱਥੇ ਕਰਾਂਗੀ ਐਂਡ ਅੱਜ ਦਾ ਵੱਲੋਂ ਮੇਰਾ ਇਹ ਸੀ ਅਗਰ ਮੇਰਾ ਵੱਲੋਂ ਪਸੰਦ ਆਇਆ ਹੋਵੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੇ ਲਾਈਕ ਕਰੇ ਸ਼ੇਅਰ ਜ਼ਰੂਰ ਕਰੇ ਇਸੇ ਦੇ ਨਾਲ ਆਪਣੀ ਭੈਣ ਨੂੰ ਦਿਓ ਇਜਾਜ਼ਤ ਅੱਲਾ ਹਾਫਿਜ਼ ਸ਼ੀਸ਼ੇ ਵਾਲਾ ਭਾਈ ਨਹੀਂ ਆਇਆ ਨਹੀਂ ਸਵੇਰੇ ਕਹਿੰਦੇ ਉਹ ਉਹ ਸ਼ੀਸ਼ੇ ਵਾਲਾ ਤਾਂ ਆਇਆ ਸੀਗਾ ਮਿਹਨਤੀ ਕਰਕੇ ਗਿਆ ਉਹ ਤਾਂ ਪੈਸੇ ਬਹੁਤ ਮੰਗਦਾ ਸੀ ਕੋਈ ਹੋਰ ਦੇਖਦੇ ਆ ਚਲੋ